मम्मी वाले किरदार दी झलक हो जाए। सलमा चुप करा इस बच्ची नू, रोनी नहीं चाहिए, अंदर ले जा, भुखी होनी है। यार राजवीर 3 साल हो गए एक कॉलेज विच पढ़दे नू, लड़ाइयां झगड़े बहुत हो गए यार, बस करिए। मैं सोचना हुण दोस्ती कर लिए, ते दोस्ती दा पहला हथ मैं अगे वधाउणा, ते जे हुण दोस्ती कर ही लई है तां तैनू एक खुशखबरी दे दईए, व्याह करा रहा मैं, ते पहला कार्ड तेरे लई लैके आया। इहदे विच दिन पता ना थां सब कुछ लिखा होया, कार्ड तो मैं तेनू देता, पर एक गल दसा वेखी कित्यान। सत श्री अकाल दोस्तों, तुसी देख रहे हो जी ABP सांझा, ते मैं हां बल्ली पाठ। फाइनली साडा पंजाबी सिनेमा चेंज हो रहा है, अगर इस गल दा क्रेडिट असीं गिप्पी गरेवाल नूं दईए तां कोई दोहराए नहीं होगा। नवीं फिल्म रिलीज़ होण जा रही है क्रिमिनल, जिस दे विच बहुत सारे रंगमंच दे सानूं कलाकार नज़र आउणगे, तां कोशिश कर रहे हैं कि उन्हां कला नूं अज मूहरे लै के आइए, उन्हां कलाकारां दी गल करिए जिहड़े हमेशा परदे तों ज़्यादा पिछे ही रहिंदे ने, पर परदे उप्पर कमाल करदे ने, बहुता लाइमलाइट दे विच नहीं आउंदे। इस फिल्म दे विच वी इदां ही आ, रंगमंच दे कलाकार भरे होए ने। दो कलाकार मैं नाल लै के आया जिहनां नाल खुल के गलबात करांगे, गुरनव ते नाल रंगदेव जी। मेरे प्यार भरे सत श्री अकाल ਬਰੀਕੀਆਂ ਪਾਰ ਕੀਤਾ ਤਾਂ ਵੱਡੇ ਪਰਦੇ ਉੱਪਰ ਇੱਕ ਨਜ਼ਰ ਆਈ ਹੈ ਨਾ, ਚਾਹੇ ਜਿੰਨਾ ਮਰਜ਼ੀ ਤੁਸੀਂ ਰੰਗਮੰਚ ਕਰ ਲਓ। ਤਾਂ ਦੋਨਾਂ ਦੀਆਂ ਆਪਣੀਆਂ ਆਪਣੀਆਂ ਕਿਵੇਂ ਦੀਆਂ ਖੁਸ਼ੀਆਂ ਨੇ? ਖੁਸ਼ੀਆਂ ਬਹੁਤ ਅੱਛਾ ਲੱਗਦਾ, ਜਿਵੇਂ ਬਹੁਤ ਸਾਲ ਥੀਏਟਰ ਕੀਤਾ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਮੌਕਾ ਮਿਲਦਾ ਹੈ ਨਾ, ਔਰ ਮੇਰਾ ਤਾਂ ਈਵਨ ਪੰਜਾਬ ਦਾ ਇਹ ਫਿਲਮ ਦਾ ਮੇਰਾ ਪਹਿਲਾ ਕੰਮ ਹੈ ਇਹ, ਔਰ ਅੱਛਾ ਲੱਗਦਾ ਜਦੋਂ ਮੌਕਾ ਮਿਲਦਾ ਹੈ ਨਾ। ਯਾਰ ਅਸੀਂ ਕੈਮਰੇ ਤੋਂ ਜਦੋਂ ਆਫ ਸੀਗਾ ਤਾਂ ਕਿਵੇਂ ਅਸੀਂ ਸ਼ਾਰਪ ਸ਼ਾਰਪ ਗੱਲਾਂ ਕਰ ਰਹੇ, ਜਿਵੇਂ ਢਿੱਲੇ ਜਿਹੇ ਪੈ ਗਏ। ਨਹੀਂ ਨਹੀਂ, ਮੈਨੂੰ ਐਕਚੁਅਲੀ ਨਾ ਕਨਫਿਊਜ਼ਨ ਇਹ ਸੀ, ਸਵਾਲ ਤੁਸੀਂ ਪੁੱਛਿਆ ਕਿਹਨੂੰ ਹੈ, ਸਵਾਲ ਦੋਨਾਂ ਲਈ ਸੀਗਾ, ਹੁਣ ਤੁਸੀਂ ਦੱਸ ਸਕਦੇ ਹੋ ਆਪਣੀ ਫੀਲਿੰਗ। ਅੱਛਾ ਫੀਲਿੰਗ ਇਹ ਕਿ ਪਹਿਲੀ ਗੱਲ ਤਾਂ ਗਿੱਪੀ ਭਾਈ ਦਾ ਬਹੁਤ ਧੰਨਵਾਦ ਹੈ, ਬਾਈ ਪ੍ਰਿੰਸ ਦਾ, ਬਾਈ ਹਰਦੀਪ ਬਾਈ ਦਾ। ਕਾਰਨ ਇਹ ਕਿ ਇਹਦਾ ਧੰਨਵਾਦ ਦਾ ਇੱਕ ਕਾਰਨ ਹੋਰ ਵੀ, ਮੇਰੀ ਪਹਿਲਾਂ ਵੀ ਫਿਲਮਾਂ ਆ ਚੁੱਕੀਆਂ, ਬਟ ਇਹ ਪਹਿਲੀ ਫਿਲਮ ਹੈ ਜਿਹਦੇ ਵਿੱਚ ਮੈਂ ਪੋਸਟਰ ਦੇ ਉੱਪਰ ਦੇਖ ਰਿਹਾ। ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਪੋਸਟਰ ਦੇ ਉੱਪਰ ਦੇਖ ਰਿਹਾ, ਉਹ ਵੀ ਦਿੱਗਜ਼ ਬੰਦਿਆਂ ਨਾਲ, ਜਿਵੇਂ ਨੀਰੂ ਮੈਡਮ ਹੈਗੇ ਆ, ਇਹਨਾਂ ਨੂੰ ਅਸੀਂ ਬਹੁਤ ਟਾਈਮ ਤੋਂ ਦੇਖਦੇ ਆ ਰਹੇ ਹਾਂ ਨਾ, ਇਹਨਾਂ ਦੀਆਂ ਬਹੁਤ ਪੁਰਾਣੀਆਂ ਫਿਲਮਾਂ ਅਸੀਂ ਦੇਖੀਆਂ ਸ਼ੁਰੂ ਤੋਂ ਹੀ, ਪ੍ਰਿੰਸ ਬਾਈ ਨੇ, ਧੀਰਾ ਬਾਈ ਹੈ, ਰਘਵੀਰ ਬੋਲੀ ਬਾਈ, ਸੋ ਇਹਨਾਂ ਦੇ ਨਾਲ ਪੋਸਟਰ ਦੇ ਵਿੱਚ ਆਉਣਾ, ਪੋਸਟਰ ਸਾਂਝਾ ਕਰਨਾ, ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਹੈ। ਸੋ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ, ਔਰ ਧੰਨਵਾਦ ਕਰਦਾ ਪੂਰੀ ਹੰਬਲ ਟੀਮ ਦਾ। ਤੁਹਾਨੂੰ ਇਹ ਗੱਲ ਕਲੀਅਰ ਸੀਗਾ ਕਿ ਜਿਹੜੀ ਮੇਰੀ ਵੀ ਤਸਵੀਰ ਆ ਉਹ ਪੋਸਟਰ ਦੇ ਉੱਪਰ ਆ ਰਹੀ ਹੈ, ਆਫੀਸ਼ੀਅਲ ਪੋਸਟਰ ਦੇ ਉੱਪਰ ਆ ਰਹੀ ਹੈ? ਜੀ, ਮੈਨੂੰ ਕਲੀਅਰ ਨਹੀਂ ਸੀਗਾ, ਮੇਰੇ ਨਾਲ ਜਦੋਂ ਮੈਨੂੰ ਭੇਜਿਆ ਗਿਆ ਪੋਸਟਰ ਇਹ ਦੇਖਣ ਵਾਸਤੇ ਵੀ ਕਿ ਰੰਗ ਆ ਪੋਸਟਰ ਭੇਜਿਆ ਮਾੜਾ ਜਿਹਾ ਦੇਖਿਓ, ਵੈਸੇ ਹੀ ਹਾਲਾਂਕਿ ਸਿਲੈਕਟ ਸਾਰਾ ਕੁਛ ਹੋ ਗਿਆ, ਉਹ ਹੀ ਸਰਪ੍ਰਾਈਜ਼ ਦੇਣ ਵਾਸਤੇ। ਜਦੋਂ ਮੈਂ ਖੋਲ੍ਹ ਕੇ ਦੇਖਿਆ, ਮੈਂ ਕਿਹਾ ਯਾਰ ਪੋਸਟਰ ਆਇਆ, ਚਲੋ ਦੇਖਦੇ। ਜਦੋਂ ਮੈਂ ਉੱਪਰ ਦੇਖਿਆ, ਮੈਂ ਕਿਹਾ ਮੇਰੀ ਫੋਟੋ, ਮੈਂ ਫਿਰ ਵਾਪਸ ਕਾਲ ਲਾਈ, ਮੈਂ ਭਾਅ ਜੀ ਥੈਂਕ ਯੂ, ਕਹਿੰਦੇ ਕੀ ਹੋਇਆ? ਮੈਂ ਕਿਹਾ ਤੁਸੀਂ ਪਹਿਲੀ ਵਾਰ ਮੇਰੀ ਕੋਈ ਫੋਟੋ ਆਈ ਹੈ ਪੋਸਟਰ 'ਤੇ, ਪਹਿਲਾਂ ਆਈ ਹੈ ਸੋਲੋ ਪੋਸਟਰ ਬਣਿਆ ਸੀ ਜੋਰਾ 10 ਨੰਬਰੀਆ ਦਾ, ਪਰ ਜਿਹੜਾ ਉਹਦਾ ਮੇਨ ਪੋਸਟਰ ਸੀਗਾ ਉਹਦੇ 'ਤੇ ਮੇਰੀ ਫੋਟੋ ਹੈ ਨਹੀਂ ਸੀਗੀ। ਉਹ ਮੈਨੂੰ ਇੱਕ ਸੀਗਾ ਉਹਦੇ 'ਚ ਵੀ, ਸ਼ਾਇਦ ਉਹਦੇ 'ਚ ਜਿਹੜਾ ਬਹੁਤ ਵੱਡਾ ਕਰੈਕਟਰ ਸੀ ਮੇਰਾ ਪੰਮੀ ਮਹੰਤ ਦਾ, ਮੈਨੂੰ ਕਿਤੇ ਨਾ ਕਿਤੇ ਸੀਗਾ ਯਾਰ ਵੀ ਐਡਾ ਵੱਡਾ ਕਰੈਕਟਰ ਹੈ ਅਤੇ ਪੋਸਟਰ 'ਤੇ ਤਾਂ ਫੋਟੋ ਆਊਗੀ ਆਊਗੀ, ਪਰ ਉਹ ਨਹੀਂ ਆਈ। ਉਹ ਜਿਹਦੇ ਤੋਂ ਮੈਨੂੰ ਉਮੀਦ ਸੀ ਉਹ 'ਤੇ ਨਹੀਂ ਆਈ, ਜਿਹਦੇ ਤੋਂ ਮੈਨੂੰ ਉਮੀਦ ਨਹੀਂ ਸੀ ਉਹ 'ਤੇ ਆ ਗਈ। ਵੈਸੇ ਮੋਸਟਲੀ ਇੱਦਾਂ ਹੁੰਦਾ ਨਹੀਂ ਹੈ ਕਿ ਪੁਲਿਸ ਵਾਲੇ ਨੂੰ ਤਾਂ ਨਾਲ ਕ੍ਰਿਮੀਨਲ ਨੂੰ ਇਕੱਠਿਆਂ ਬਿਠਾਇਆ ਜਾਵੇ, ਨਹੀਂ ਤਾਂ ਨੀਚੇ ਬੈਠੇ ਹੁੰਦੇ ਕੰਨ 'ਚ ਫੜ ਕੇ ਪੁਲਿਸ ਵਾਲੇ ਉੱਪਰ ਹੁੰਦੇ। ਸੋ ਇਹ ਦੋਨੋਂ ਇਕੱਠੇ ਬੈਠੇ ਹੋ, ਤੁਸੀਂ ਕ੍ਰਿਮੀਨਲ ਦਾ ਕਰੈਕਟਰ ਕੀਤਾ, ਤੁਸੀਂ ਪੁਲਿਸ ਵਾਲੇ ਕੀਤਾ, ਕਿਵੇਂ ਦਾ ਲੱਗ ਰਿਹਾ ਦੋ ਜਣੇ ਇਕੱਠੇ ਬਿਠਾ ਕੇ? ਅੱਜ ਵਧੀਆ, ਅੱਜ ਫੜ ਲਿਆ ਇਹਨਾਂ ਨੇ ਮੈਨੂੰ। ਇਹਨਾਂ ਦਾ ਨਾ ਕਰੈਕਟਰ ਜਿਹੜਾ ਹਜੇ ਤੁਸੀਂ ਟ੍ਰੇਲਰ ਹੀ ਦੇਖਿਆ, ਪੂਰੀ ਫਿਲਮ ਦੇਖਿਓ, ਇਹ ਬਹੁਤ ਕਮਾਲ ਦੇ ਐਕਟਰ ਨੇ ਸੱਚੀ। ਮੈਂ ਅਸੀਂ ਸਾਡਾ ਸ਼ੂਟ ਇਕੱਠਿਆਂ ਦਾ ਨਹੀਂ ਹੋਇਆ, ਅਸੀਂ ਮਿਲੇ ਵੀ ਨਹੀਂ ਕਦੇ ਸ਼ੂਟ ਦੇ ਉੱਤੇ, ਬਸ ਸਡਨਲੀ ਇੱਕ ਮਾੜੀ ਮੋਟੀ ਕਦੇ ਲੰਘਦਿਆਂ ਨੇ ਦੇਖਿਆ ਹੋਊਗਾ ਇੱਕ ਦੂਜੇ ਨੂੰ, ਔਰ ਮੈਨੂੰ ਨਹੀਂ ਸੀ ਪਤਾ ਕਿ ਇਹ ਇੰਨਾ ਵਧੀਆ ਕਰੈਕਟਰ ਇਹ ਮੁੰਡਾ ਕਰ ਰਿਹਾ। ਮੈਨੂੰ ਤਾਂ ਲੱਗੇ ਵੈਸੇ ਕੋਈ ਸੈੱਟ 'ਤੇ ਆਇਆ ਹੋਣਾ ਜਾਂ। ਥੈਂਕ ਯੂ ਸੋ ਮਚ। ਜਦੋਂ ਮੈਂ ਡਬਿੰਗ 'ਤੇ ਦੇਖਿਆ ਸੀਗਾ ਸਾਰੀ ਫਿਲਮ, ਉਦੋਂ ਮੈਂ ਦੇਖਿਆ ਯਾਰ, ਮੈਂ ਕਿਹਾ ਇਹ ਤਾਂ ਉਹੀ ਆ ਮੁੰਡਾ, ਮੈਂ ਕਿੰਨਾ ਅੱਛਾ ਕਰੈਕਟਰ ਕੀਤਾ ਇਹਨੇ। ਤੁਸੀਂ ਤਾਂ ਫਿਲਮ ਦੇਖੋਗੇ, ਤੁਹਾਨੂੰ ਉਦੋਂ ਪਤਾ ਲੱਗੇਗਾ, ਹੁਣ ਮੇਰੇ ਦੱਸਣ ਨਾਲ ਤੁਹਾਨੂੰ ਪਤਾ ਨਹੀਂ ਲੱਗੂਗਾ। ਵੈਲਿਊ ਉਹਦਾ 23 ਸਤੰਬਰ ਨੂੰ ਡਿਸਕਲੋਜ਼ ਹੋ ਜਾਏਗਾ। ਜਿਹੜੇ ਥੀਏਟਰ ਆਰਟਿਸਟ ਹੁੰਦੇ ਨਾ, ਮੋਸਟਲੀ ਸਾਰਿਆਂ ਨਾਲ ਇਹੋ ਹੈਪਨ ਹੁੰਦਾ ਕਿ ਜਿਹੜਾ ਉਹਨਾਂ ਦਾ ਡਿਊ ਕ੍ਰੈਡਿਟ ਹੁੰਦਾ ਨਾ, ਉਹ ਅਕਸਰ ਹੀ ਸਮੇਂ ਤੋਂ ਬਾਅਦ ਮਿਲਦਾ ਜਾਂ ਲੇਟ ਮਿਲਦਾ, ਇੱਦਾਂ ਕਿਉਂ ਹੁੰਦਾ? ਮੈਨੂੰ ਇੱਕ ਇਹ ਵੀ ਲੱਗਦਾ ਵੀ ਥੀਏਟਰ ਆਰਟਿਸਟ ਨਾ ਬਹੁਤ ਚਾਹੁੰਦਾ ਆਪਣੇ ਆਪ 'ਤੇ ਕੰਮ ਕਰਨਾ, ਉਹ ਚਾਹੁੰਦਾ ਵੀ ਮੈਂ ਜ਼ਿਆਦਾ ਕੰਮ ਕਰਾਂ ਹੋਰ ਅੱਛਾ। ਉਹ ਹਰ ਸਮੇਂ ਉਹਦੇ ਨਾ ਸਿੱਖਣ ਦਾ ਹੁੰਦਾ ਵੀ ਮੈਂ ਵੀ ਸਿੱਖਾਂ ਯਾਰ, ਨਹੀਂ ਯਾਰ ਇਹ ਸਿੱਖ ਕੇ ਕਰਨਾ ਵੀ ਅੱਛੇ ਤਰੀਕੇ ਨਾਲ। ਉਹ ਚਾਹੁੰਦਾ ਵੀ ਮੈਂ ਆਪਣੇ ਕੰਮ ਨੂੰ ਅੱਛੇ ਤਰੀਕੇ ਨਾਲ ਤਰਾਸ਼ਾਂ ਪਹਿਲਾਂ ਆਪਣੇ ਆਪ ਨੂੰ, ਫਿਰ ਮੈਂ ਕੁਛ ਵੀ ਉਸ ਤੋਂ ਅੱਗੇ ਕਰਾਂ, ਹੈ ਨਾ, ਜਾਂ ਕੈਮਰੇ 'ਤੇ ਕੰਮ ਕਰਾਂ ਜਾਂ ਕਿਸੇ ਹੋਰ ਅੱਛੇ ਫੀਲਡ 'ਤੇ ਅੱਗੇ ਜਾਵਾਂ। ਤਾਂ ਮੈਨੂੰ ਇਹ ਲੱਗਦਾ ਉਹਨਾਂ ਦਾ ਤਰਾਸ਼ਦੇ ਰਹਿੰਦੇ ਆ ਉਹ ਜ਼ਿਆਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਮਤਲਬ ਉਹ ਆਉਂਦੇ ਆ। ਉਹਨਾਂ ਦਾ ਆਪਣਾ ਵੀ ਕਾਫੀ ਚੀਜ਼ਾਂ ਹੁੰਦੀਆਂ ਵੀ ਅਸੀਂ ਪਹਿਲਾਂ ਕੰਮ ਕਰਨਾ ਕਾਫੀ, ਹੈ ਨਾ, ਆਪਣੇ ਆਪ ਦੇ ਉੱਤੇ, ਫਿਰ ਜਾ ਕੇ ਚੀਜ਼ਾਂ ਸੌਟ ਹੁੰਦੀਆਂ। ਮੈਨੂੰ ਇਹ ਲੱਗਦਾ
ਵੀ ਕ੍ਰੈਡਿਟ ਤਾਂ ਮਤਲਬ ਹਾਂ ਰੱਬ ਦਿੰਦਾ ਹੀ ਹੈ ਜਦੋਂ ਮਿਹਨਤ ਕਰਦੇ ਹਾਂ ਤਾਂ। ਜ਼ੋਰਾ ਵੀ ਤੁਹਾਡਾ ਕਮਾਲ ਦਾ ਕਿਰਦਾਰ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਕੇਸਰੀ ਵੀ ਕੀਤੀ, ਕੀ ਲੱਗਦਾ ਕਿ ਇੱਕ ਜਿਹੜਾ ਥੀਏਟਰ ਵਾਲਾ ਕਲਾਕਾਰ ਹੁੰਦਾ, ਰੰਗਮੰਚ ਦਾ ਅਦਾਕਾਰ ਹੁੰਦਾ, ਉਹਦੀ ਜਿਹੜੀ ਪਹਿਚਾਣ ਕਿਰਦਾਰ ਬਣਾਉਂਦਾ ਕਿ ਉਹਦਾ ਕੰਮ ਬਣਾਉਂਦਾ? ਨਹੀਂ, ਉਹਦੀ ਪਹਿਚਾਣ ਜੇ ਉਹਦਾ ਕੰਮ ਅੱਛਾ ਹੋਊਗਾ, ਉਹਨੇ ਮਿਹਨਤ ਕੀਤੀ ਹੋਊਗੀ, ਕਿਰਦਾਰ ਵੀ ਤਾਂ ਹੀ ਅੱਛਾ ਕਰੂਗਾ। ਜੇ ਕੋਈ ਮੰਨ ਲਓ ਜ਼ੋਰਾ ਵਾਲਾ ਕਰੈਕਟਰ ਜਾਂ ਕੋਈ ਵੀ ਜੇ ਇਹਦੇ ਤੁੰਨੀ ਵਾਲਾ ਕਰੈਕਟਰ ਹੀ ਲਾ ਲਓ, ਤੁੰਨੀ ਵਾਲਾ ਕਰੈਕਟਰ ਨੂੰ ਦੇ ਦਿੱਤਾ ਹੁੰਦਾ, ਜੇ ਐਕਟਰ ਅੱਛਾ ਨਾ ਹੁੰਦਾ ਕੀ ਕਰ ਲੈਂਦਾ? ਐਕਟਰ ਅੱਛਾ ਹੈ, ਮਿਹਨਤ ਕੀਤੀ ਹੈ, ਇਸੇ ਲਈ ਤੁੰਨੀ ਵਾਲਾ ਕਰੈਕਟਰ ਬਖੂਬੀ ਨਿਭਾਇਆ ਅਤੇ ਉਹਨੂੰ ਸਾਹਮਣੇ ਲਿਆਂਦਾ। ਅਸੀਂ ਜਦੋਂ ਦੇਖਦੇ ਹਾਂ ਕੋਈ ਵੀ ਕਿਸੇ ਵੀ ਐਕਟਰ ਨੂੰ ਦੇਖਦੇ ਹਾਂ, ਚਾਹੇ ਤੁਸੀਂ ਸਾਊਥ ਦਾ ਲੈ ਲਓ, ਚਾਹੇ ਤੁਸੀਂ ਹਿੰਦੀ ਫਿਲਮ ਇੰਡਸਟਰੀ ਦਾ ਲੈ ਲਓ, ਪੰਜਾਬੀ ਦਾ ਲੈ ਲਓ, ਚਾਹੇ ਉਹ ਨਾਮ ਉਹਦਾ ਚੰਗਾ ਨਾ ਹੋਵੇ ਇੰਡਸਟਰੀ 'ਚ, ਕਦੇ ਕਦੇ ਛੋਟਾ ਜਿਹਾ ਕਰੈਕਟਰ ਵੀ ਹੁੰਦਾ, ਉਦੋਂ ਵੀ ਦੇਖਦੇ ਹਾਂ ਆਹ ਕੌਣ ਹੈ, ਕਿਆ ਹਾਂ ਨੋਟਿਸ ਹੁੰਦਾ, ਕਿਉਂਕਿ ਉਹ ਕਰੈਕਟਰ ਘੱਟ ਉਹਦੀ ਮਿਹਨਤ ਬੋਲਦੀ, ਕਰੈਕਟਰ ਮਾਇਨੇ ਰੱਖਦੇ ਆ, ਬਟ ਜੇ ਤੁਸੀਂ ਕਰੋਗੇ ਕੁਛ ਉਹਦੇ ਵਿੱਚ ਫਿਰ ਹੀ ਮਾਇਨੇ ਰੱਖਦੇ ਆ। ਅਦਰਵਾਈਜ਼ ਵੱਡੇ ਵੱਡੇ ਕਰੈਕਟਰ ਵੀ ਆਪਾਂ ਰੁਲਦੇ ਦੇਖੇ ਹੋਏ ਆ, ਤੁਸੀਂ ਵੀ ਦੇਖਿਆ, ਤੁਹਾਡਾ ਤਾਂ ਵਾਹ ਵਾਸਤਾ ਪੈਂਦਾ ਹੀ ਰਹਿੰਦਾ, ਤਾਂ ਤੁਸੀਂ ਵੀ ਦੇਖਿਓ ਹੁਣ ਇਹਦੇ ਵਿੱਚ ਲਿਖਣ ਵਾਲਾ ਕੰਮ ਤਾਂ ਉਨਾ ਕਿ ਬਲੈਂਡ ਕਰਦਾ ਨਾ, ਅਗਰ ਤੁਹਾਡਾ ਉਹ ਉਸ ਤਰੀਕੇ ਨਾਲ ਸੀਨ ਨਹੀਂ ਲਿਖੇਗਾ, ਤੁਸੀਂ ਕਿਸ ਤਰੀਕੇ ਨਾਲ ਨਿਭਾ ਲਓ। ਕਈ ਵਾਰ ਇਹ ਹੁੰਦਾ ਕਿ ਸੀਨ ਵਧੀਆ ਲਿਖਿਆ ਹੁੰਦਾ, ਨਿਭਾਉਣ ਵਾਲਾ ਉਹਨਾਂ ਵਧੀਆ ਨਹੀਂ ਹੁੰਦਾ, ਜਾਂ ਨਿਭਾਉਣ ਵਾਲਾ ਵਧੀਆ ਹੁੰਦਾ, ਸੀਨ ਉਹਨਾਂ ਵਧੀਆ ਨਹੀਂ ਲਿਖਿਆ ਹੁੰਦਾ। ਨਹੀਂ, ਮੇਰੇ ਨਾਲ ਕਈ ਵਾਰੀ ਇੱਦਾਂ ਹੋਇਆ ਫਿਲਮ ਦੇ ਵਿੱਚ ਕਿ ਸੀਨ ਛੋਟਾ ਸੀ, ਥੋੜ੍ਹੇ ਸੀਗੇ, ਪਰ ਜਦੋਂ ਮੈਂ ਨਿਭਾਇਆ ਉਹਦੀ ਲੈਂਥ ਵਧਾ ਦਿੱਤੀ। ਪਤੰਗ ਫਿਲਮ ਦਾ ਕੀਤੀ ਸੀ ਮੈਂ ਪ੍ਰਿੰਸ ਬਾਈ ਨਾਲ, ਪ੍ਰਿੰਸ ਬਾਈ ਦੀ ਬਹੁਤ ਅੱਛੀ ਫਿਲਮ ਹੈ, ਪਤੰਗ ਪ੍ਰੇਮ ਸਿੱਧੂ ਬਾਈ ਦੀ ਹੈ, ਡਾਇਰੈਕਟ ਕੀਤੀ ਵੀ। ਉਹਦੇ 'ਚ ਮੇਰੇ ਦੋ ਕੁ ਸੀਨ ਹੀ ਸੀਗੇ, ਅੱਛਾ ਨੈਗੇਟਿਵ ਕਰੈਕਟਰ ਸੀਗਾ, ਪਰ ਜਦੋਂ ਮੈਂ ਕੀਤੇ ਉਹ ਦੋਨੇ ਦੋ ਸੀਨ ਤਾਂ ਉਹਨਾਂ ਨੇ ਮੇਰੇ ਸੀਨ ਵਧਾ ਤੇ, ਡੇਟਾਂ ਵਧਾ ਤੀਆਂ, ਇਹਦੇ ਨਾਲ ਹੀ ਚੱਲ ਰਹੀ ਸੀ, ਇਕੱਠੇ ਸ਼ੂਟ ਹੋ ਰਹੀਆਂ ਸੀ ਦੋਨੇ, ਉਹਨਾਂ ਨੇ ਡੇਟਾਂ ਵਧਾ ਤੀਆਂ, ਕਹਿੰਦੇ ਭਾਈ ਤੁਹਾਡਾ ਹੋਰ ਕਰੈਕਟਰ ਕੱਢਿਆ ਸੀ, ਹੋਰ ਲਿਖਿਆ ਗਿਆ। ਤਾਂ ਇੱਦਾਂ ਵੀ ਹੋ ਜਾਂਦਾ, ਜ਼ਰੂਰੀ ਨਹੀਂ ਹੈਗਾ ਕਿ ਛੋਟਾ ਕਰੈਕਟਰ ਹੈਗਾ ਜਾਂ ਵੀ ਅੱਛਾ ਲਿਖਿਆ ਘੱਟ ਹੈ ਜਾਂ ਵਧੀਆ ਨਹੀਂ ਲਿਖਿਆ ਅਤੇ ਐਕਟਰ ਨੂੰ ਫਿਰ ਉਹ ਸੈਟਿਸਫੈਕਸ਼ਨ ਨਹੀਂ ਮਿਲਦੀ। ਜੇ ਐਕਟਰ ਉਹ ਕਰਕੇ ਦਿਖਾਉਂਦਾ, ਕੋਈ ਵੀ ਡਾਇਰੈਕਟਰ ਹੈ ਉਹ ਕਦੇ ਨਹੀਂ ਚਾਹੁੰਦਾ ਹੁੰਦਾ ਕਿ ਮੇਰੀ ਫਿਲਮ ਕਮਜ਼ੋਰ ਹੋਵੇ, ਕੋਈ ਨਹੀਂ ਚਾਹੁੰਦਾ ਹੁੰਦਾ ਕਿ ਮਾੜਾ ਐਕਟਰ ਲੰਮਾ ਕਰੈਕਟਰ ਕਰੇ ਅਤੇ ਵਧੀਆ ਐਕਟਰ ਆ ਜਿਹੜਾ ਛੋਟਾ ਕਰੈਕਟਰ ਕਰੇ। ਉਹ ਅਕੋਰਡਿੰਗ ਟੂ ਸਕ੍ਰਿਪਟ ਦੇ ਚੱਲਦਾ, ਜਦੋਂ ਉਹਨੂੰ ਲੱਗਦਾ ਕਿ ਇਹ ਕਰੈਕਟਰ ਸਕ੍ਰਿਪਟ ਨੂੰ ਅੱਗੇ ਲਿਜਾ ਸਕਦਾ, ਇਹ ਫਿਲਮ ਨੂੰ ਹੋਰ ਵੱਡਾ ਕਰ ਸਕਦਾ, ਤਾਂ ਉਹਨੂੰ ਵਧਾ ਦਿੰਦੇ ਆ, ਉਹਨੂੰ ਹੋਰ ਜਿੰਨਾ ਵੀ ਕੋਸ਼ਿਸ਼ ਕਰਦੇ ਆ ਦੇਣ ਦਾ ਉਹਨੂੰ ਦੇ ਸਕਦੇ ਆ। ਮੈਨੂੰ ਨਹੀਂ ਲੱਗਦਾ ਕਿ ਇਹ ਹੋਣਾ ਚਾਹੀਦਾ, ਕਦੇ ਹੁੰਦਾ ਹੋਊਗਾ, ਹਜੇ ਆਪਣੇ ਨਾਲ ਤਾਂ ਹੋਇਆ ਨਹੀਂ ਹਜੇ। ਤੁਹਾਡੀ ਗੱਲ ਵੀ ਰੋਕ ਰਿਹਾ, ਪੰਮੀ ਵਾਲੇ ਕਿਰਦਾਰ ਦੀ ਝਲਕ ਹੋ ਜਾਏ। ਜ਼ੋਰਾ ਦਾ ਜਿਹੜਾ ਕਿ ਡਾਇਲੋਗ ਜਿਹਦੀਆਂ ਕਾਫੀ ਕਲਿੱਪਾਂ ਵੀ ਕੱਟੀਆਂ ਗਈਆਂ, ਉਹ ਸੀਗਾ ਸਲਮਾ ਚੁੱਪ ਕਰਾ ਇਸ ਬੱਚੀ ਨੂੰ, ਰੋਣੀ ਨਹੀਂ ਚਾਹੀਦੀ, ਅੰਦਰ ਲੈ ਜਾ, ਭੁੱਖੀ ਹੋਣੀ ਹੈ। ਗੁਰੂ ਤੁਹਾਡੇ ਵਾਲੇ ਪਾਸੇ ਆਉਂਦੇ ਯਾਰ, ਤੁਸੀਂ ਬੰਬੇ ਵੀ ਕੰਮ ਕੀਤਾ, ਅਗਰ ਸਨਫਲਾਵਰ ਵੀ ਤੁਹਾਡਾ ਕਿਰਦਾਰ ਸੀਗਾ, ਛੋਟਾ ਸੀਗਾ ਪਰ ਇੰਪੈਕਟਫੁੱਲ ਸੀਗਾ, ਜਿਸ ਤਰੀਕੇ ਨਾਲ ਉਹਦੇ ਕੋਲ ਪੋਚੇ ਲਵਾਏ ਗਏ ਸੀ ਉਹ ਸਾਰਾ ਦੇਖਿਆ ਹੈ ਨਾ। ਸੋ ਇੱਕ ਬੰਬੇ ਵਾਲਾ ਐਕਸਪੀਰੀਅੰਸ, ਇੱਕ ਪੰਜਾਬ ਵਾਲਾ ਐਕਸਪੀਰੀਅੰਸ, ਕਿਸ ਤਰੀਕੇ ਨਾਲ ਦੋਨੋਂ ਸਿਨੇਮਾ ਨੂੰ ਅਲੱਗ ਅਲੱਗ ਤਰੀਕੇ ਨਾਲ ਦੇਖਦੇ ਹੋ? ਜਿਵੇਂ ਮੁੰਬਈ ਜਦੋਂ ਮੈਂ ਕੰਮ ਕਰਦਾ ਹੈ ਨਾ ਤਾਂ ਕਾਫੀ ਵੱਡੇ ਸੈੱਟ ਹੁੰਦੇ ਆ, ਹੈ ਨਾ, ਕਾਫੀ ਤਾਮ ਜਾਮ ਬਹੁਤ ਸਾਰਾ ਹੁੰਦਾ ਹੈ ਨਾ, ਤਾਂ ਓਬਵੀਅਸਲੀ ਉਹੀ ਹੁੰਦਾ ਵੀ ਉਵੇਂ ਦਾ ਤੁਹਾਨੂੰ ਟ੍ਰੀਟਮੈਂਟ ਵੀ ਮਿਲਦਾ। ਈਵਨ ਮੈਂ ਜਦੋਂ ਹੁਣ ਹੰਬਲ ਨਾਲ ਕੰਮ ਕੀਤਾ ਤਾਂ ਮੈਨੂੰ ਇੱਥੇ ਵੀ ਕੋਈ ਐਵੇਂ ਚੇਂਜ ਨਹੀਂ ਲੱਗਿਆ, ਕਿਉਂਕਿ ਅੱਛਾ ਸੀਗਾ ਸਾਰਾ ਟ੍ਰੀਟਮੈਂਟ, ਅੱਛਾ ਸੀਗਾ ਹੈ ਨਾ, ਪ੍ਰੋਡਕਸ਼ਨ ਕਾਫੀ ਅੱਛਾ ਸੀਗਾ, ਲੋਕ ਕਾਫੀ ਅੱਛੇ ਸੀਗੇ, ਟੀਮ ਕਾਫੀ ਅੱਛੀ ਸੀਗੀ। ਉਹ ਰੀਜਨਲ ਜਾ ਕੇ ਵੈਸੇ ਤਾਂ ਫਰਕ ਪੈ ਹੀ ਜਾਂਦਾ, ਉਹ ਜਿਵੇਂ ਹਿੰਦੀ ਸਿਨੇਮਾ ਤਾਂ ਪੂਰੇ ਮਤਲਬ ਵਰਲਡ 'ਚ ਚੱਲਦਾ, ਥੋੜ੍ਹਾ ਜਿਹਾ ਫਰਕ ਤਾਂ ਪੈ ਹੀ ਜਾਂਦਾ ਕਿ ਹਾਂ, ਪਰ ਹਾਂ ਅਦਰਵਾਈਜ਼ ਜਿਵੇਂ ਹੁਣ ਕੰਮ ਕੀਤਾ ਇੱਥੇ ਤਾਂ ਮੇਰਾ ਪਹਿਲਾ ਹੀ ਐਕਸਪੀਰੀਅੰਸ ਹੈ ਮਤਲਬ ਕਿਸੇ ਪੰਜਾਬੀ ਟੀਮ ਨਾਲ ਕੰਮ ਕੀਤਾ, ਤਾਂ ਮਜ਼ੇਦਾਰ ਐਕਸਪੀਰੀਅੰਸ ਰਿਹਾ। ਔਰ ਫਿਲਮ ਵੀ ਐਵੇਂ ਦੀ ਹੈ ਵੀ ਕਾਫੀ ਲਾਈਵ, ਮੈਨੂੰ ਲੱਗਦਾ ਵੀ ਲਾਈਵ ਲੱਗਣੀ ਬੜੀ ਜ਼ਰੂਰੀ ਹੈ ਇਹ ਫਿਲਮ, ਔਰ ਲੱਗੂਗੀ ਲੋਕਾਂ ਨੂੰ, ਇਹ ਫਿਲਮ ਹੀ ਐਵੇਂ ਦੀ ਹੈ। ਰੰਗਮੰਚ ਵਾਲੇ ਦਾ ਕਾਰਨ ਬਹੁਤ ਜ਼ਿਆਦਾ ਥੀਏਟਰ ਕੀਤਾ ਹੁੰਦਾ ਨਾ, ਉਹਨਾਂ ਦੀ ਓਬਜ਼ਰਵੇਸ਼ਨ ਬਹੁਤ ਕਮਾਲ ਦੀ ਹੁੰਦੀ, ਅਸੀਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਨਾ, ਤਾਂ ਮੇਮੇ ਕਾਲਾ ਕੰਮ ਨੂੰ ਆਪਾਂ ਦੱਸਤਾ ਸੀ ਗੁਰਨਵ ਨੇ ਕਿ ਬਹੁਤ ਸਾਰੇ ਕਿਰਦਾਰ ਐਸੇ ਨੇ ਜਿਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਗੁਰਨਵ ਮੇਮੀ ਕਰ ਲੈਂਦਾ, ਤਾਂ ਗੁਰਨਵ ਕੁਛ ਵੀ ਹੋ ਜਾਵੇ ਇਹ ਨਾ ਸਮਝੋ ਕਿ ਤੁਹਾਡਾ ਆਡੀਸ਼ਨ ਚੱਲ ਰਿਹਾ, ਜਸ ਕਿ ਮੇਰੀ ਫਸਟ ਇੰਟਰਵਿਊ ਪਤਾ ਲੱਗ ਜਾਏ ਕਿ ਮੈਂ ਕੀ ਕਰ ਸਕਦਾ। ਇੱਕ ਮੂਵੀ ਆਈ ਸੀ ਮੇਲ ਕਰਾ ਦੇ ਰੱਬਾ, ਉਹਦੇ 'ਚ ਕੀ ਸੀ ਬਿਗੈਸਟ ਹਿੱਟ ਹੈ ਨਾ, ਹਾਂ ਮਤਲਬ ਕਮਾਲ, ਉਹਦੇ 'ਚ ਨਾ ਗਿੱਪੀ ਸਰ ਦਾ ਇੱਕ ਡਾਇਲੋਗ ਸੀ, ਉਹ ਕਾਰਡ ਦੇਣ ਜਾਂਦੇ ਆ ਨਾ ਜਿੰਮੀ ਸਰ ਨੂੰ, ਕਾਰਡ ਦੇਣ ਜਾਂਦੇ ਆ ਤੇ ਉਹ ਕਹਿੰਦੇ ਆ ਮਤਲਬ ਮੈਂ ਸੁਣਾ ਦੇਣਾ, ਮੈਂ ਨਾ ਆਡੀਸ਼ਨ ਦੇਣ ਆਇਆ ਸੀਗਾ। ਇਹ ਗਿੱਪੀ ਬਾਈ ਦੀ ਆਵਾਜ਼ ਹੋਈ ਕਿਉਂ? ਹਾਂ ਕੀ ਬਾਤ ਹੈ ਯਾਰ, ਤਾੜੀਆਂ ਬਣਦੀਆਂ ਇਸ ਗੱਲ ਤੇ ਕਿਆ ਮਤਲਬ। ਉਸ ਟਾਈਮ ਦੇ ਵਿੱਚ ਨਾ ਜਦੋਂ ਮੈਂ ਉਹ ਦੇਖਿਆ, ਮੈਨੂੰ ਉਹ ਡਾਇਲੋਗ ਪੂਰਾ ਬਹੁਤ ਅੱਛਾ ਲੱਗਿਆ, ਮੈਂ ਉਹ ਤੁਹਾਨੂੰ ਸੁਣਾ ਦਿੰਦਾ। ਯਾਰ ਰਾਜਵੀਰ 3 ਸਾਲ ਹੋ ਗਏ ਇੱਕੇ ਕਾਲਜ ਵਿੱਚ ਪੜ੍ਹਦਿਆਂ ਨੂੰ, ਲੜਾਈਆਂ ਝਗੜੇ ਬਹੁਤ ਹੋ ਗਏ ਯਾਰ, ਬਸ ਕਰੀਏ, ਮੈਂ ਸੋਚਦਾ ਹੁਣ ਦੋਸਤੀ ਕਰ ਲਈਏ, ਅਤੇ ਦੋਸਤੀ ਦਾ ਪਹਿਲਾ ਹੱਥ ਮੈਂ ਅੱਗੇ ਵਧਾਉਣਾ, ਅਤੇ ਜੇ ਹੁਣ ਦੋਸਤੀ ਕਰ ਹੀ ਲਈ ਹੈ
ਤਾਂ ਤੈਨੂੰ ਇੱਕ ਖੁਸ਼ਖਬਰੀ ਦੇ ਦਈਏ, ਵਿਆਹ ਕਰਾ ਰਿਹਾ ਮੈਂ ਅਤੇ ਪਹਿਲਾ ਕਾਰਡ ਤੇਰੇ ਲਈ ਲੈ ਕੇ ਆਇਆ। ਇਹਦੇ ਵਿੱਚ ਦਿਨ, ਪਤਾ, ਨਾਂ, ਥਾਂ ਸਭ ਕੁਛ ਲਿਖਿਆ ਹੋਇਆ। ਕਾਰਡ ਤਾਂ ਮੈਂ ਤੈਨੂੰ ਦੇਤਾ, ਪਰ ਇੱਕ ਗੱਲ ਦੱਸਾਂ, ਵੇਖੀ ਕਿਤੇ ਆ ਯਾਰ ਕਿਆ ਬਾਤ। ਇਹ ਬਹੁਤ ਮਤਲਬ ਇਹ ਡਾਇਲੋਗ ਮੈਨੂੰ ਮੈਨੂੰ ਹਜੇ ਤੱਕ ਯਾਦ ਹੈ, ਇੰਨਾ ਪੁਰਾਣਾ। ਇਹ ਤਾਂ ਹੋ ਗਿਆ ਡਾਇਲੋਗ, ਹੁਣ ਗਿੱਪੀ ਬਾਈ ਦੀ ਮਿਮਿਕਰੀ ਵੀ ਕਰਦੇ ਹੋ। ਫਸਟ ਟਾਈਮ ਗਿੱਪੀ ਗਰੇਵਾਲ ਬਾਈ ਦੀ ਆਪਾਂ ਮਿਮਿਕ ਕਿਸੇ ਕੋਲ ਸੁਣ ਰਹੇ ਹਾਂ, ਹਨਾ। ਹੈਟਸ ਆਫ, ਕਦੀ ਮਤਲਬ ਹੋਇਆ ਨਹੀਂ ਹੈ ਪੰਜਾਬੀ ਇੰਡਸਟਰੀ 'ਚ, ਤਾਂ ਵੈਸੇ ਨਹੀਂ ਹੋਇਆ, ਕਦੀ ਨਹੀਂ ਹੋਇਆ, ਕਦੀ ਨਹੀਂ ਹੋਇਆ। ਇਹ ਬਹੁਤ ਅੱਛਾ, ਮੈਨੂੰ ਇਹ ਡਾਇਲੋਗ ਲਿਟਰਲੀ ਬਹੁਤ, ਜਦੋਂ ਮੈਂ ਦੇਖਿਆ ਮੈਨੂੰ ਬਹੁਤ ਇੰਪੈਕਟ ਪਿਆ ਇਹਦਾ। ਅਤੇ ਇਹ ਮੈਂ ਆਡੀਸ਼ਨ 'ਚ ਵੀ ਸੱਚੀ ਦੱਸਾਂ ਦਿੱਤਾ, ਮੈਂ ਉਸ ਟਾਈਮ 'ਤੇ ਗਿੱਪੀ ਬਾਈ ਤੁਸੀਂ ਮੂਹਰੇ ਕੀਤਾ ਵੈਸੇ? ਇਹ ਉਹਨਾਂ ਦੇ ਸਾਹਮਣੇ ਨਹੀਂ ਕਦੇ ਕੀਤਾ, ਪਰ ਹਾਂ ਇੱਕ ਐਕਟਿੰਗ ਦਾ ਆਡੀਸ਼ਨ ਸੀਗਾ ਚੰਡੀਗੜ੍ਹ, ਮੈਨੂੰ ਹੁਣ ਉਹ ਯਾਦ ਨਹੀਂ ਕਦੋਂ ਸੀ, ਪਰ ਉਦੋਂ ਮੈਂ ਇਹ ਡਾਇਲੋਗ ਬੋਲਿਆ ਸੀ ਉੱਥੇ ਜਾ ਕੇ। ਅੱਛਾ, ਉੱਥੇ ਮੈਨੂੰ ਪਤਾ ਸੀ ਵੀ ਗਿੱਪੀ ਸਰ ਵੀ ਆ ਰਹੇ ਨੇ, ਮੈਨੂੰ ਐਂ ਹੋਇਆ ਵੀ ਜੇ ਉਹਨਾਂ ਦੇ ਸਾਹਮਣੇ ਗਿਆ ਤਾਂ ਮੈਂ ਉਹਨਾਂ ਨੂੰ ਸੁਣਾਊਂਗਾ, ਪਰ ਮੌਕਾ ਨਹੀਂ ਮਿਲਿਆ, ਬਟ ਹਾਂ ਰੈਡੀ ਕਰਕੇ। ਅੱਛਾ, ਗੁਰਦਾਮ ਨੇ ਇੱਕ ਬਲੈਂਡ ਕਰਦੇ ਆ, ਸੇਮ ਡਾਇਲੋਗ ਨਵਾਜ਼ੁਦੀਨ ਸਿੱਦੀਕੀ ਬੋਲਣਗੇ, ਕਿਸ ਤਰੀਕੇ ਨਾਲ ਬੋਲਣਗੇ? ਅਰੇ ਯਾਰ ਰਾਜਵੀਰ, ਤਿੰਨ ਸਾਲ ਹੋ ਗਿਆ ਇੱਕ ਹੀ ਕਾਲਜ ਮੈਂ ਪੜ੍ਹਤੇ ਹੋਏ, ਲੜਾਈ ਝਗੜਾ ਬਹੁਤ ਹੋ ਗਿਆ। ਅਭੀ ਮੈਂ ਕਿਆ ਬੋਲ ਰਿਹਾ ਸੁਣ, ਸ਼ਾਦੀ ਕਰ ਲਾਇ ਮੈਂ ਕਾਰਡ ਲੈ ਕੇ ਆਇਆ ਤੇਰੇ ਲਈ, ਜੇ ਪਕੜ, ਇਸ ਮੈਂ ਦਿਨ ਪਤਾ ਨਾਮ ਜਗ੍ਹਾ ਸਭ ਲਿਖੇ ਲਾਏ, ਤੇਰੇ ਕੋ ਕਾਰਡ ਦੇ ਦਿਆ, ਇੱਕ ਬਾਤ ਬਤਾਊਂ ਤੇਰੇ ਕੋ, ਆਨੇ ਕਾ ਨਹੀਂ ਉਧਰ ਕਾਰਡ ਡਾਲੇਗਾ ਮੈਂ। ਕਿਆ ਬਾਤ ਹੈ ਯਾਰ, ਕੀ ਬਾਤ ਹੈ, ਬਹੁਤ ਵਧੀਆ, ਗੁੱਡ 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 ਯਾਰ। ਇਹ ਇਹ ਜਿਹੜਾ ਫਿਰ ਮਿਮਿਕ ਵਾਲਾ ਦੌਰ ਆ, ਇਹ ਕੰਮ ਦਵਾਉਣ ਦੇ ਵਿੱਚ ਹੈਲਪ ਕਰਦਾ? ਮਿਮਿਕਰੀ ਡਿਫਰੈਂਟ ਕਾਫੀ ਚੀਜ਼ ਹੈ ਅਤੇ ਐਕਟਿੰਗ ਕਾਫੀ ਅਲੱਗ ਹੈ। ਐਕਟਿੰਗ ਜਿਵੇਂ ਪਰਸਨਲੀ ਮੈਨੂੰ ਇਹ ਬਹੁਤ ਉਹ ਲੱਗਦਾ, ਐਕਟਿੰਗ ਪਰਫੋਰਮ ਨਹੀਂ ਕੀਤੀ ਜਾਂਦੀ, ਆਈ ਮੀਨ ਕਿ ਉਹ ਅਲੱਗ ਗੱਲ ਹੈ, ਕੈਮਰਾ ਹੈ, ਲਾਈਟਸ ਨੇ, ਸਾਰਾ ਕੁਛ ਹੈ। ਐਕਟਿੰਗ ਮੈਨੂੰ ਲੱਗਦਾ ਕਿ ਐਕਟਿੰਗ ਤੁਸੀਂ ਤੁਸੀਂ ਮਾਇੰਡ ਆਪਣਾ ਲੋਕਾਂ ਦੇ ਸਾਹਮਣੇ ਰੱਖਦੇ ਹੋ, ਤੁਹਾਡਾ ਜਿਹੜਾ ਮਾਇੰਡ ਹੈ ਨਾ, ਉਹ ਕੈਰੈਕਟਰ ਦਾ ਜਿਹੜਾ ਦਿਮਾਗ ਹੈ ਉਹ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ, ਤਾਂ ਉਹ ਐਵੇਂ ਲੱਗਦਾ। ਅਤੇ ਮਿਮਿਕਰੀ ਹੋ ਗਿਆ, ਇਹ ਪਰਫੋਰਮ ਕੀਤੀ ਜਾਂਦੀ ਹੈ, ਮਤਲਬ ਤਾਂ ਤੁਸੀਂ ਪਰਫੋਰਮ ਕਰਦੇ ਹੋ, ਮਤਲਬ ਪਰਫੋਰਮੈਂਸ ਲੋਕਾਂ ਨੂੰ ਅੱਛਾ ਲੱਗੇ ਉਸ ਤਰੀਕੇ ਨਾਲ, ਤਾਂ ਐਕਟਿੰਗ ਮੈਨੂੰ ਇਹ ਲੱਗਦਾ ਵੀ ਜਦੋਂ ਬੰਦਾ ਐਕਟਿੰਗ ਕਰਦਾ ਤਾਂ ਉਹ ਬੰਦਾ ਉਸ ਕੈਰੈਕਟਰ ਨੂੰ ਉਸ ਉਹ ਆਪਣੇ ਅੰਦਰ ਲੈਂਦਾ, ਤਾਂ ਉਹਨੂੰ ਉਹਨੂੰ ਜਿਉਂਦਾ। ਤਾਂ ਉਹ ਜਿਵੇਂ ਸਟਾਨਿਸਲਾਵਸਕੀ ਵਾਲਾ ਹੀ ਆ ਗਿਆ ਵੀ ਉਹ ਕਹਿੰਦਾ ਵੀ ਤੁਸੀਂ ਕੈਰੈਕਟਰ ਜੀਓ ਆਪਣਾ ਜ਼ਿਆਦਾ, ਤਾਂ ਲੋਕ ਉਨਾ ਹੀ ਕਨੈਕਟ ਕਰਨਗੇ ਜਿੰਨਾ ਤੁਸੀਂ ਜੀਓਗੇ ਆਪਣੀ ਇਮਾਨਦਾਰੀ ਨਾਲ, ਤਾਂ ਇਹ ਮੈਨੂੰ ਲੱਗਦਾ। ਔਰ ਹਾਂ, ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਵੀ ਇਹ ਹੈਲਪ ਕਰਦਾ, ਤਾਂ ਐਕਟਿੰਗ ਅਤੇ ਮਿਮਿਕਰੀ ਉਹੀ ਗੱਲ ਹੈ, ਦੋਨੋਂ ਅਲੱਗ ਅਲੱਗ ਚੀਜ਼ਾਂ ਨੇ। ਬਟ ਹਾਂ, ਥੋੜ੍ਹਾ ਜਿਹਾ ਇਹ ਹੋ ਜਾਂਦਾ ਵੀ ਜੇ ਨੋਰਮਲ ਲੋਕਾਂ ਨੂੰ ਓਬਜ਼ਰਵ ਜ਼ਿਆਦਾ ਕੀਤਾ ਜਾਵੇ, ਉਹਨਾਂ ਦੀਆਂ ਉਹਨਾਂ ਦੀ ਆਵਾਜ਼ ਲਈ ਜਾਵੇ ਤਾਂ ਉਹ ਜ਼ਿਆਦਾ ਅੱਛਾ, ਤਾਂ ਉਹ ਕੈਮਰਾ ਜਿਵੇਂ ਮਤਲਬ ਕਹਿ ਸਕਦੇ ਕਿ ਜਿਹੜੀ ਮਿਮਿਕਰੀ ਆ ਤੁਹਾਨੂੰ ਗ੍ਰੇਸ ਦਵਾ ਸਕਦੀ ਹੈ ਪਰ ਕੰਮ ਨਹੀਂ ਦਵਾ ਸਕਦੀ, ਤੁਹਾਨੂੰ ਐਕਟਿੰਗ ਨਹੀਂ ਦਵਾਉਣਾ, ਐਕਟਿੰਗ ਨੇ ਹੀ ਦਵਾਉਣਾ, ਐਕਟਿੰਗ ਅਤੇ ਮਿਮਿਕਰੀ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ। ਤੁਹਾਡੀ ਵੀ ਇੱਕ ਡਿਫਰੈਂਟ ਸਟੋਰੀ ਹੈ ਕਿ ਮਤਲਬ ਬਹੁਤ ਸਾਰੇ ਪੰਜਾਬ ਦੇ ਵਿੱਚ ਸਿੰਗਰਸ ਨੇ ਜਿਹੜਾ ਐਕਟਰ ਬਣਨਾ ਚਾਹੁੰਦੇ ਨੇ ਬਣ ਵੀ ਗਏ ਨੇ, ਤੁਸੀਂ ਆਪਣੀ ਗਾਇਕੀ ਛੱਡ ਕੇ ਤੁਸੀਂ ਐਕਟਿੰਗ ਵਾਲੇ ਪਾਸੇ ਆਏ ਹੋ, ਇਹਦਾ ਖਾਸ ਵਜ੍ਹਾ ਕੀ ਸੀਗਾ? ਇਹਦੀ ਖਾਸ ਵਜ੍ਹਾ ਮੇਰੇ ਗੁਰੂ ਜੀ ਜਗਦੇਵ ਸਿੰਘ ਢਿੱਲੋਂ ਜੀ, ਜਦੋਂ 9ਵੀਂ ਕਲਾਸ 'ਚ ਉਹਨਾਂ ਨੇ ਮੈਨੂੰ ਸਟਾਰਟ ਕਰਵਾਇਆ, ਮੈਨੂੰ ਐਕਟਿੰਗ ਜ਼ਿਆਦਾ ਇੰਟਰਸਟਿੰਗ ਲੱਗੀ। ਸ਼ੁਰੂ ਤੋਂ ਵੈਸੇ ਤਾਂ ਅਮਿਤਾਭ ਬੱਚਨ ਹੋਰਾਂ ਨੂੰ ਦੇਖਦੇ ਹੁੰਦੇ ਸੀ ਅਤੇ ਲੱਗਦਾ ਸੀ ਕਿਆ ਬਾਤ ਹੈ, ਸਟਾਈਲ ਵੀ ਮੈਂ ਉੱਦਾਂ ਹੀ ਰੱਖਦਾ ਹੁੰਦਾ ਸੀਗਾ, ਪਰ ਐਂ ਨਹੀਂ ਸੀ ਸੋਚਿਆ ਵੀ ਆਪਾਂ ਵੀ ਇਹ ਕੰਮ ਕਰ ਸਕਦੇ ਹਾਂ, ਕਦੇ ਨਹੀਂ ਸੀ ਦਿਮਾਗ 'ਚ ਆਇਆ। ਮੈਂ ਫੌਜੀ ਬਣਨਾ ਚਾਹੁੰਦਾ ਸੀ ਉੱਦਾਂ, ਪਰ ਫੌਜੀ ਵਾਲਾ ਆਪਣੇ ਟ੍ਰੈਂਡ ਹੁੰਦਾ ਪਿੰਡਾਂ 'ਚ, 10ਵੀਂ ਕਰ ਲਓ, 12ਵੀਂ ਕਰ ਲਓ, ਉਦੋਂ ਬਾਅਦ ਫੌਜ 'ਚ ਚੱਲ ਜਾਓ। ਬਟ ਮੈਂ ਗਾਉਂਦਾ ਹੁੰਦਾ ਸੀ, ਉਦੋਂ ਸਿੰਗਰ ਸੀ, ਥੋੜ੍ਹਾ ਅੱਛਾ ਗਾ ਲੈਂਦਾ ਹੁੰਦਾ ਸੀਗਾ। ਫਿਰ 9ਵੀਂ 10ਵੀਂ ਦੇ ਵਿੱਚ ਤੱਕ ਮੈਂ ਗਾਇਆ, ਉਦੋਂ ਬਾਅਦ ਮੈਂ ਬੰਦ ਕਰਤਾ ਸੀਗਾ। ਮੈਂ ਕਿਹਾ ਨਹੀਂ ਯਾਰ, ਐਕਟਰ ਬਣਾਂਗੇ, ਸਿੰਗਰ ਨਹੀਂ ਬਣਨਾ, ਕਿਉਂਕਿ ਸਿੰਗਰ ਵਿਚਾਰਾ ਗਾਣੇ ਜੇ ਕਰਦਾ ਅਤੇ ਉਹ ਸਟੇਜ ਸ਼ੋਅ ਕਰ ਲਏ, ਬਸ ਇੱਥੋਂ ਤੱਕ ਹੀ। ਐਕਟਰ ਆ ਜਿਹੜਾ ਵੀ ਬਹੁਤ ਗਾਂਹ ਦੀ ਗੱਲ ਹੈ, ਹੈ ਨਾ, ਅਲੱਗ ਅਲੱਗ ਕਰੈਕਟਰ ਨਿਭਾਉਣੇ। ਪਰ ਮਾੜੀ ਕਿਸਮਤ, ਸਿੰਗਿੰਗ ਛੱਡ ਕੇ ਐਕਟਿੰਗ ਕੀਤਾ, ਬਾਅਦ 'ਚ ਪਤਾ ਲੱਗਿਆ ਗਲਤ ਡਿਸੀਜਨ ਲੈ ਲਿਆ ਸਿੰਗਰ ਹੀ। ਆਪਣੇ ਕੋ ਆਰਟਿਸਟ ਨੂੰ ਤੁਸੀਂ ਇੱਕ ਬੇਨਤੀ ਲਾਉਣੀ, ਉਹ ਲਾ ਦਿਓ। ਨਹੀਂ, ਗਾਣਾ ਤਾਂ ਬਣਦਾ ਹੈ ਨਾ, ਨਹੀਂ ਉਹ ਮੈਂ ਉਦੋਂ ਗਾਉਂਦਾ ਹੁੰਦਾ ਸੀਗਾ। ਭਾਜੀ ਅੱਜ ਵੀ ਗਾ ਸਕਦੇ ਹੋ, ਗਾ ਸਕਦੇ ਹੋ, ਅੱਜ ਵੀ ਗਾ ਸਕਦੇ ਹੋ। ਇੱਕ ਤਾਂ ਨਾ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ, ਜਦੋਂ ਤੁਹਾਨੂੰ ਕੋਈ ਕਹਿ ਦੇ ਗਾ, ਉਦੋਂ ਫਿਰ ਪਹਿਲਾਂ ਤਾਂ ਗਾਣਾ ਨਹੀਂ ਯਾਦ ਆਉਂਦਾ, ਚੋਣ ਨਹੀਂ, ਵੈਸੇ ਨਹੀਂ ਯਾਦ ਆਉਂਦਾ ਵੀ ਕਿਹੜਾ ਗਾਈਏ। ਜੇ ਆ ਵੀ ਜਾਵੇ ਫਿਰ ਨਹੀਂ, ਇਹ ਨਹੀਂ ਯਾਰ, ਇਹਦੇ 'ਚ ਮੈਂ ਇੱਥੇ ਜੇ ਅੜਦਾ ਹੁੰਦਾ ਅਤੇ ਆਹ ਗਾ ਦਿੰਦਾ। ਹੁਣ ਉਹੀ ਗੱਲ ਮੇਰੇ ਨਾਲ ਹੋਈ ਪਈ ਹੈ, ਸੁਰ ਦੇ ਦੀਏ ਤੁਹਾਨੂੰ, ਪਹਿਲਾਂ ਸਾਹ ਦੇ ਦੀਏ, ਵਾਜੇ ਦਾ ਦਰਗਾ ਲੈਣੇ ਪਹਿਲਾਂ। ਤੁਸੀਂ ਆਪਾਂ ਗੱਲ ਕਰਦੇ ਹਾਂ, ਮੇਰੇ ਗਾਣਾ ਯਾਦ ਆ ਕੇ ਮੈਂ ਰੋਕ ਕੇ ਸੁਣਾ ਦਾਂਗਾ ਵਿੱਚ, ਇਮਾਨਦਾਰੀ ਨਾਲ। ਕਿਹੜੇ ਸਿੰਗਰ ਤੁਸੀਂ ਜ਼ਿਆਦਾ ਸੁਣਿਆ? ਮੈਂ ਗਾਣਾ ਯਾਦ ਕਰਾ ਦਿੰਦਾ। ਮੈਂ ਵੈਸੇ ਉਹਦਾ ਪੁਰਾਣੇ ਸਿੰਗਰਾਂ ਦੇ ਗਾਣੇ, ਜਿਵੇਂ ਆਪਣੇ ਪਾਇਪ ਆਉਣਾ ਕਿ ਕੀ ਨਾਂ ਉਹਨਾਂ ਦਾ, ਬੜੇ ਅੱਛੇ ਸਿੰਗਰ ਨੇ,
ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਜ਼ਿਆਦਾ ਸੁਣਨੇ ਪਸੰਦ ਕਰਦਾ ਹੈ। ਨੁਸਰਤ ਸਾਹਿਬ ਨੂੰ ਤਾਂ ਸਾਰੇ ਸੁਣਦੇ ਆ, ਹੈ ਨਾ, ਐਸਾ ਮੈਨੂੰ ਲੱਗਦਾ ਕਿ ਹੋਣਾ ਹੀ ਨਹੀਂ ਗਾ ਜਿਹੜਾ ਨੁਸਰਤ ਸਾਹਿਬ ਨੂੰ ਨਾ ਸੁਣਦਾ ਹੋਵੇ, ਰਾਹਤ ਫਤਿਹ ਅਲੀ ਖਾਨ ਸਾਹਿਬ। ਪਰ ਮੈਂ ਉਹਨਾਂ ਦਾ ਵਰਜਨ ਜ਼ਿਆਦਾ ਸੁਣਨਾ ਪਸੰਦ ਕਰਦਾ, ਉਹਦੀ ਉਹਨਾਂ ਦੀ ਆਵਾਜ਼ 'ਚ ਨਾ ਇੱਕ ਅਜੀਬ ਜਿਹੀ ਖਿੱਚ ਹੈ, ਸੋਫਟ ਜਿਹਾ, ਜਿਵੇਂ ਆਪਣਾ ਜਗਜੀਤ ਸਾਹਿਬ ਦੀਆਂ ਕਾਫੀ ਗਜ਼ਲਾਂ ਉਹਨਾਂ ਨੇ ਲਾਈਵ ਗਾਈਆਂ, ਫਿਰ ਪੁਰਾਣੇ ਗਾਣੇ ਆ ਜਿਹੜੇ, ਹੈ ਨਾ, ਯੂੰ ਹੀ ਪਹਿਲੂ ਮੈਂ ਬੈਠੇ ਰਹੋ, ਅੱਜ ਜਾਣੇ ਕੀ ਜ਼ਿੱਦ ਨਾ ਕਰੋ, ਉਹ ਸਾਰੇ ਇੱਦਾਂ। ਗੱਲ ਪਤਾ ਕਿਉਂ ਵਧਾ ਰਹੇ, ਗਾਣਾ ਯਾਦ ਆ ਫੜ ਲਿਆ ਇਹ, ਤਾਂ ਕਰਕੇ ਗੱਲ ਵਧਾ ਰਹੇ ਸੀਗੇ। ਲਵ ਹੀਰੋ ਪਹਿਲਾਂ ਗਾਉਂਦਾ ਹੁੰਦਾ ਅੱਠਵੀਂ ਨੌਵੀਂ ਦੇ ਵਿੱਚ, ਉਦੋਂ ਬਾਅਦ ਵਿੱਚ ਛੱਡਦਾ ਗੁਰਦਾਸ ਮਾਨ ਸਾਹਿਬ, ਬੱਬੂ ਮਾਨ ਸਾਹਿਬ, ਫਿਰ ਗੱਲ ਵਧਾ ਰਹੇ ਨੇ। ਨਹੀਂ ਨਹੀਂ, ਮੈਂ ਲਵ ਹੀਰੋ ਤੋਂ ਯਾਦ ਆ ਗਿਆ ਨਾ, ਫੱਕੀਆਂ ਉਡਾ ਦੋ ਫੌਜੀ ਵੀਰਿਓ ਮੁੜ ਕੇ ਨਾ ਚੱਕੇ ਵੈਰੀ ਅੱਖ ਨੂੰ, ਕਿਉਂਕਿ ਪਹਿਲਾਂ ਟੀਚਰ ਐਂ ਕਹਿੰਦੇ ਹੁੰਦੇ ਸੀ ਨਾ ਵੀ ਕੋਈ ਧਾਰਮਿਕ ਹੀ ਜਾ ਗਾਇਓ, ਦੂਜਾ ਨਾ ਗਾਇਓ, ਤੇ ਫਿਰ ਏਦਾਂ ਦੇ ਹੀ ਗਾਉਂਦੇ ਹੁੰਦੇ ਸੀ। ਚਲੋ ਬਾਹਲਾ ਲੰਮਾ ਨਹੀਂ ਲੱਗਿਆ, ਮਾਨ ਸਾਹਿਬ ਦਾ ਕੋਈ ਗੀਤ ਸੁਣਾ ਦਿਓ। ਨਹੀਂ, ਮੈਂ ਆਹੀ ਆ ਜਾਂਦਾ ਇੱਧਰ ਹੀ। ਯੂੰ ਹੀ ਪਹਿਲੂ ਮੈਂ ਬੈਠੇ ਰਹੋ, ਯੂੰ ਹੀ ਪਹਿਲੂ ਮੈਂ ਬੈਠੇ ਰਹੋ, ਆਜ ਜਾਣੇ ਕੀ ਜ਼ਿੱਦ ਨਾ ਕਰੋ, ਹਮ ਤੋ ਮਰ ਜਾਏਂਗੇ, ਹਾਂ ਲੁੱਟ ਜਾਏਂਗੇ, ਐਸੀ ਬਾਤੇ ਕਿਆ ਨਾ ਕਰੋ, ਆਜ ਜਾਣੇ ਕੀ ਜ਼ਿੱਦ ਨਾ ਕਰੋ। ਓ ਨਾਈਸ, ਬਹੁਤ ਖੂਬਸੂਰਤ, ਥੈਂਕ ਯੂ। ਉਮੀਦ ਨਹੀਂ ਸੀ ਵੈਸੇ ਮੈਨੂੰ ਤੁਸੀਂ ਕਹੋਗੇ ਖੂਬਸੂਰਤ, ਮੈਨੂੰ ਲੱਗਦਾ ਤੁਸੀਂ ਕਹੋਗੇ ਦਰ ਫਿਟੇ ਮੂੰਹ ਇਹਦੇ ਤਾਂ ਨਾ ਹੀ ਗਾਉਂਦਾ। ਆਉਣ ਵਾਲੀ ਫਿਲਮਾਂ ਜੇ ਕਹਿੰਦਾ ਤੁਹਾਨੂੰ ਕਿਸੇ ਮਿਊਜ਼ਿਕ ਉਸਤਾਦ ਦਾ ਕਰੈਕਟਰ ਮਿਲਦਾ, ਤੁਸੀਂ ਉਹਦਾ ਹੈਪੀਲੀ ਫਿਰ ਕਰੋਗੇ? ਮੈਨੂੰ ਤਾਂ ਰੌਕ ਸਟਾਰ ਬਣਾਓ ਨਾ ਇਹਦੇ 'ਚ, ਪੰਜਾਬੀ 'ਚ, ਮੈਂ ਕਰੂੰਗਾ। ਚਲੋ ਭਾਅ ਜੀ, ਵਿਸ਼ ਯੂ ਵੈਰੀ ਗੁੱਡ ਲੱਕ ਫੋਰ ਦਾ ਕਰੀਅਰ, ਹੈ ਨਾ, ਕਿ ਆਸ ਕਰਦਾ ਸੀ ਨਾ ਹਮੇਸ਼ਾ ਹੀ ਅਦਾਕਾਰਾਂ ਦੀ ਭੁੱਖ ਸਾਨੂੰ ਰਹਿੰਦੀ ਹੈ ਕਿ ਉਹਨਾਂ ਦਾ ਕੰਮ ਦੇਖੀਏ, ਕਿਉਂਕਿ ਸਿਨੇਮਾ ਨੂੰ ਅਸੀਂ ਵੀ ਖੁਦ ਲਾਰਜਰ ਕਰਨਾ ਚਾਹੁੰਦੇ ਹਾਂ, ਉਹ ਹੋਊਗਾ ਤੁਹਾਡੇ ਦੋਨਾਂ ਦੀ ਬਦੌਲਤ। ਆਉਣ ਵਾਲੇ ਕਲਾਕਾਰਾਂ ਨੇ ਮਤਲਬ ਕਿ ਜਿੰਨਾ ਸੋਹਣਾ ਕੰਮ ਪਰੋਸੀਏ, ਉਨੀ ਵਾਹ ਵਾਹੀ ਇੱਥੇ ਹੋਊਗੀ, ਉਨੀ ਹੀ ਬੰਬੇ ਕਰੋਗੇ। ਤਾਂ ਵਿਸ਼ ਯੂ ਗੁੱਡ ਲੱਕ ਫੋਰ ਬੰਬੇ ਦੇ ਲਈ, ਕਿ ਜਿਹੜੇ ਤੁਹਾਡੇ ਆਉਣ ਵਾਲੇ ਜਿੰਨੇ ਪ੍ਰੋਜੈਕਟਸ ਸਨਫਲਾਵਰ 2 ਦਾ ਵੀ ਸ਼ੂਟ ਸ਼ੁਰੂ ਹੋਣ ਜਾ ਰਿਹਾ, ਤਾਂ ਉਹਦੇ ਲਈ ਬਹੁਤ ਬਹੁਤ ਵਧਾਈਆਂ, ਤੁਹਾਡੇ ਆਉਣ ਵਾਲੇ ਕੰਮ ਦੇ ਲਈ ਬਹੁਤ ਸਾਰੀਆਂ ਵਧਾਈਆਂ, ਅਤੇ 23 ਤਰੀਕ ਨੂੰ ਆਪਾਂ ਇੰਤਜ਼ਾਰ ਕਰਾਂਗੇ ਜੀ, ਇੱਕ ਕ੍ਰਿਮੀਨਲ ਦਾ ਅਤੇ ਇੱਕ ਪੁਲਿਸ ਇੰਸਪੈਕਟਰ ਦਾ। ਜਾਣ ਤੋਂ ਪਹਿਲਾਂ ਤੁਸੀਂ ਆਪਣੀ ਆਡੀਅੰਸ ਨੂੰ ਕੁਝ ਕਹਿਣਾ ਚਾਹੋਗੇ? ਕਹਿ ਤਾਂ ਗੁਰਨਪ ਦੇਊਗਾ, ਬਟ ਮੈਂ ਇੱਕ ਦਿਲ ਦੀ ਹੁੰਦੀ ਨਾ ਗੱਲ, ਮੈਂ ਉਹੀ ਕਹਿਣਾ ਚਾਹਾਂਗਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਦਲਾਅ ਆ ਰਿਹਾ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਆਪਾਂ ਕ੍ਰਿਮੀਨਲ ਕੀਤੀ ਹੈ, ਗਿੱਪੀ ਬਾਈ ਦੀ ਟੀਮ ਹੈ ਤਾਂ ਕਰਕੇ, ਨਹੀਂ, ਇਹ ਸਭ ਨੂੰ ਪਤਾ ਹੈ ਕਿ ਇਹ ਬਦਲਾਅ ਲਿਆਉਣ ਦੇ ਕਿਤੇ ਨਾ ਕਿਤੇ ਪਿੱਛੇ ਕਾਰਨ ਗਿੱਪੀ ਬਾਈ ਹੈ। ਜਿਵੇਂ ਵਾਰਨਿੰਗ ਉਹਨਾਂ ਨੇ ਕੀਤੀ ਸੀ ਪ੍ਰਿੰਸ ਬਾਈ ਨੂੰ ਲੈ ਕੇ, ਅੱਜ ਪ੍ਰਿੰਸ ਬਾਈ ਬਹੁਤ ਵੱਡਾ ਨਾਮ ਨੇ, ਬਹੁਤ ਵੱਡਾ ਚਿਹਰਾ ਨੇ, ਹਾਲਾਂਕਿ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ, ਪਰ ਇੱਕ ਹੁੰਦਾ ਨਾ ਹੱਥ ਫੜਨਾ, ਮਿਹਨਤ ਕੀਤੀ ਕੋਈ ਹੱਥ ਫੜਨ ਵਾਲਾ ਵੀ ਹੋਣਾ ਚਾਹੀਦਾ ਇੰਡਸਟਰੀ ਦੇ ਵਿੱਚ। ਗਿੱਪੀ ਬਾਈ ਪਹਿਲੇ ਬੰਦੇ ਨੇ ਜਿਹੜੇ ਹੱਥ ਫੜਦੇ ਐਕਟਰਾਂ ਦਾ। ਪ੍ਰਿੰਸ ਬਾਈ ਵੀ ਸਪੋਰਟ ਕਰਦੇ ਆ, ਮੈਨੂੰ ਪਰਸਨਲੀ ਸਪੋਰਟ ਕੀਤੀ ਹੈ ਪ੍ਰਿੰਸ ਬਾਈ, ਗਿੱਪੀ ਬਾਈ, ਇਹਨਾਂ ਹਰਦੀਪ ਬਾਈ ਹੋਰਾਂ ਨੇ, ਤਾਂ ਇੱਦਾਂ ਦੇ ਮੈਂ ਕਹਿੰਦਾ ਵੀ ਹੋਰ ਵੀ ਜਿੰਨੇ ਵੀ ਪ੍ਰੋਡਿਊਸਰ ਹੈ, ਡਾਇਰੈਕਟਰ ਹੈ, ਹੰਭਲਾ ਮਾਰਨਾ ਚਾਹੀਦਾ, ਅਤੇ ਹੋਰ ਨਵੇਂ ਤੋਂ ਨਵੇਂ ਜਿੰਨੇ ਥੀਏਟਰ ਵਾਲੇ ਅੱਛੇ ਐਕਟਰ ਆ ਰਹੇ ਆ, ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਔਰ ਇੰਡਸਟਰੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਗਰੋਥ ਕਰ ਸਕਦੀ। ਜਿੱਦਾਂ ਸਾਊਥ ਦੇ ਵਿੱਚ ਕੋਈ ਮੈਨੇ ਹੀ ਨਹੀਂ ਰੱਖਦਾ ਕਿ ਕੌਣ ਹੀਰੋ ਆ, ਕੌਣ ਵਿਲਨ ਹੈ, ਉਹ ਕੰਮ ਕਰਦੇ ਆ, ਉਹ ਦੇਖਦੇ ਆ ਪੋਟੈਂਸ਼ੀਅਲ, ਦੇਖਦੇ ਆ ਬੰਦੇ ਦੀ ਅਦਾਕਾਰੀ ਦੇਖਦੇ ਆ। ਤਾਂ ਇੰਡਸਟਰੀ ਪੰਜਾਬੀ ਦੇ ਵਿੱਚ ਵੀ ਫਰਕ ਤਾਂ ਪੈ ਰਿਹਾ, ਪਰ ਇਹ ਬਹੁਤ ਹੌਲੀ ਹੌਲੀ ਪੈ ਰਿਹਾ, ਇਹ ਤੇਜ਼ੀ ਨਾਲ ਫਰਕ ਪੈਣਾ ਚਾਹੀਦਾ, ਕਿਉਂਕਿ ਹੱਥ ਫੜਨ ਵਾਲੇ ਟਾਵੇਂ ਟਾਵੇਂ ਨੇ ਲੱਤਾਂ ਖਿੱਚਣ ਵਾਲੇ ਜ਼ਿਆਦੇ ਨੇ। 23 ਤਰੀਕ ਨੂੰ ਕ੍ਰਿਮੀਨਲ ਜ਼ਰੂਰ ਦੇਖਣ ਜਾਓ, ਔਰ ਆਡੀਅੰਸ ਦੀ ਬਦੌਲਤ ਹੀ ਆਰਟਿਸਟ ਹੁੰਦਾ। ਸਾਨੂੰ ਦੱਸਿਓ ਜ਼ਰੂਰ ਕਿਵੇਂ ਦੀ ਲੱਗੀ, ਤੁਹਾਨੂੰ ਕੀ ਅੱਛਾ ਲੱਗਿਆ, ਕਿਹੜੀ ਚੀਜ਼ ਤੁਹਾਨੂੰ ਨਹੀਂ ਅੱਛੀ ਲੱਗੀ, ਉਹ ਸਾਰਾ ਜ਼ਰੂਰ ਮਤਲਬ ਦੱਸਿਓ, ਅਤੇ ਪਲੀਜ਼ ਦੇਖਣ ਜਾਇਓ, ਹੈ ਨਾ, ਔਰ ਮਜ਼ਾ ਆਊਗਾ ਤੁਹਾਨੂੰ ਪੂਰੀ ਫਿਲਮ ਦੇਖ ਕੇ। ਥੈਂਕ ਯੂ ਸੋ ਮੱਚ ਵੀਰੇ ਦਾ ਔਰ ਰੰਗਦੇਵ ਭਾਅ ਜੀ ਦਾ, ਔਰ ਹੰਬਲ ਮੋਸ਼ਨ ਪਿਕਚਰਸ ਓਬਵੀਅਸਲੀ, ਹੈ ਨਾ, ਗਿੱਪੀ ਗਰੇਵਾਲ ਸਰ, ਔਰ ਹਾਂ ਮੈਂ ਜੀਤ ਪੰਗੂ ਅਤੇ ਧੀਰਜ ਕੁਮਾਰ ਵੀਰੇ ਦਾ ਵੀ ਬਹੁਤ ਥੈਂਕ ਯੂ ਹੈ, ਕਿਉਂਕਿ ਉਹਨਾਂ ਦੀ ਬਦੌਲਤ ਹੀ ਮੈਂ ਗਿੱਪੀ ਸਰ ਨੂੰ ਮਿਲਿਆ। ਸੋ ਪਲੀਜ਼ ਜਾਇਓ 23 ਤਰੀਕ ਨੂੰ ਦੇਖਣ, ਲਵ ਯੂ। ਤੁਹਾਨੂੰ ਤੁਹਾਨੂੰ ਪਤਾ ਤੁਹਾਨੂੰ ਉਹਨਾਂ ਨੇ ਕਿਉਂ ਕਿਹਾ ਸੰਦੇਸ਼ ਦੇਣ ਦੇ ਲਈ? ਉਹਨਾਂ ਨੂੰ ਲੱਗਦਾ ਸਭ ਤੋਂ ਵੱਡੇ ਤੁਸੀਂ ਉੱਥੇ ਆਪਣੀ ਉਮਰ ਘਟਾ ਰਹੇ ਨੇ। ਨਹੀਂ 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 ਸੰਦੇਸ਼ ਨਹੀਂ, ਪਤਾ ਕਿ ਇੰਟਰਵਿਊ ਦੇਖਣ ਵਾਲੇ ਵੀ ਕਹਿੰਦੇ ਨੇ ਉਹ ਜਵਾਕ ਤਾਂ ਬੋਲੇ ਨਹੀਂ ਯਾਰ, ਆਪਸ 'ਚ ਹੀ ਲੱਗੇ ਪਏ। ਇਹ ਬਹੁਤ ਅੱਛਾ ਐਕਟਰ ਹੈ ਸੀਰੀਅਸਲੀ, ਮੈਂ ਇਹ ਮੂੰਹ 'ਤੇ ਬੈਠਾ ਮੈਂ ਇਸ ਲਈ ਨਹੀਂ ਕਹਿ ਰਿਹਾ,
तू अखा बंद कर ला सच सीरियसली। हाँ मैं एक वैसे आप कर रहे हैं क्रिमिनल दी एक फिल्म मारी पौने नो उहदे विच कमाल दा करैक्टर मैं उहदे डायरेक्टर नू स्पैशल आख्या मैं कह रहा करैक्टर तू मैनू क्यों नहीं दिता उहदे नाल मैं लड़ पिया जिहड़ा इहने करैक्टर कीता बहुत कमाल दा करैक्टर कीता इहने इन्नी ज़्यादा जान फूकी आ और सब तो वड्डी कमाल वाली गल है कि उह करैक्टर दा कोई डायलॉग नहीं हैगा फिल्म च और इन्ना इंप्रैसिव करैक्टर कीता तां करके मैं कह रहा भी इहनां नूं बोलण दा मौका कुछ चंगीआं चीज़ां पता लगणगीआं दर्शकां नूं भाई थैंक यू सो मच एंड विश यू गुड लक भाई थैंक यू भाई तुहाडी पूरी टीम दा बहुत बहुत धन्यवाद थैंक यू भाई वैल इह सन मेरे नाल गुरनव ते रंगदेव जिन्हां दी अदाकारी देखण नूं मिलूगी 23 सितंबर नूं सिनेमा घरां दे विच फिल्म क्रिमिनल दे नाल कैमरा पर्सन मनोज सांगवान दे नाल बलीबाड़ एबीपी सांझा चंडीगढ़।